ਕੈਨੇਡਾ ਹਮੇਸ਼ਾ ਹੀ ਸਟੂਡੈਂਟਸ ਲਈ ਫਸਟ ਚੁਆਇਸ ਰਹੀ ਹੈ ਜਦੋਂ ਵੀ ਕੋਈ ਸਟੂਡੈਂਟ ਸੋਚਦਾ ਹੈ ਕਿ ਮੈਂ ਅਬ੍ਰੋਡ ਸਟੱਡੀ ਲਈ ਜਾਣਾ ਹੈ ਤਾਂ ਸਭ ਤੋਂ ਪਹਿਲਾ ਜਿਹੜੀ ਕੰਟਰੀ ਮਾਈਂਡ ਵਿੱਚ ਆਂਦੀ ਹੈ ਦਿਲ ਦੇ ਵਿੱਚ ਆਂਦੀ ਹੈ ਉਹ ਹੁੰਦੀ ਹੈ ਕੈਨੇਡਾ ਪਰ ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰ ਲਈਏ ਜਿਸ ਤਰੀਕੇ ਨਾਲ ਕੈਨੇਡਾ ਲੀਨਿਐਂਟ ਨਜ਼ਰ ਆ ਰਿਹਾ ਆਪਣੇ ਰੂਲਸ ਉਹਨਾਂ ਨੇ ਇਜ਼ੀ ਕਰ ਦਿੱਤੇ ਹੈ ਚਾਹੇ ਆਪਾਂ ਐਸਡੀਐਸ ਵਿੱਚ ਅਪਰੂਵਲ ਦੀ ਗੱਲ ਕਰੀਏ ਪੀਟੀ ਨੂੰ ਅਪਰੂਵਲ ਮਿਲੀ ਟੋਫਲ ਨੂੰ ਮਿਲ ਗਈ ਜਾਂ ਫਿਰ ਅਸੀਂ ਆਇਲ ਸਕੋਰ ਦੀ ਵੀ ਗੱਲ ਕਰ ਲਈਏ ਓਵਰਆਲ ਚ ਇੱਕ ਜਾਂ ਦੋ ਮੋਡਿਊਲ ਚ 5.5 ਦੇ ਨਾਲ ਐ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਚੰਗੇ ਜੋ ਹੈ ਰੂਲਸ ਆ ਗਏ ਕਿ ਤੁਸੀਂ ਨਾਲ ਹੀ ਅਪਲਾਈ ਕਰ ਸਕਦੇ ਹੋ ਪਰ ਹੁਣ ਇੱਥੇ ਸਵਾਲ ਇਹ ਬਣਿਆ ਹੋਇਆ ਹੈ ਜਦ ਕੈਨੇਡਾ ਇਹਨਾਂ ਲੀਨਿਅੰਟ ਹੋ ਗਿਆ ਹੈ ਢੇਰ ساری ਫਾਈਲਸ ਲੱਗ ਰਹੀਆਂ ਨੇ ਲਗਾਤਾਰ ਕਿ ਅਸੀਂ ਅਪਲਾਈ ਕਰੀਏ ਸਭ ਤੋਂ ਪਹਿਲਾਂ ਸਾਨੂੰ ਵੀਜ਼ਾ ਮਿਲ ਜਾਏ ਜਿਸ ਦੇ ਨਾਲ ਆਂਦੇ ਹੋਏ ਇਨਟੇਕਸ ਪਹਿਲਾਂ ਹੀ ਭਰਨੇ ਸ਼ੁਰੂ ਹੋ ਚੁੱਕੇ ਨੇ ਪਰ ਸਟੂਡੈਂਟ ਇੱਥੇ ਕੀ ਕਰੇ ਵੱਡੀ ਗਿਣਤੀ ਵਿੱਚ ਫਾਈਲਸ ਲੱਗ ਰਹੀਆਂ ਨੇ ਸਟੂਡੈਂਟਸ ਕਿਵੇਂ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੇ ਤਾਂ ਕਿ ਟਾਈਮਲੀ ਉਸ ਨੂੰ ਸੀਟ ਵੀ ਮਿਲੇ ਉਸ ਦਾ ਐਡਮਿਸ਼ਨ ਪ੍ਰੋਸੈਸ ਕੰਪਲੀਟ ਹੋਵੇ ਟਾਈਮਲੀ ਉਹਨੂੰ ਵੀਜ਼ਾ ਵੀ ਮਿਲੇ ਸੋ ਇੱਕ ਇੱਥੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਸਟੂਡੈਂਟਸ ਨੂੰ ਇਸੇ ਲਈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਕੈਨੇਡਾ ਨੂੰ ਲੈ ਕੇ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਨੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਸੋ ਮੈਮ ਇਥੇ ਤੁਸੀਂ ਅੱਜ ਜ਼ਰੂਰ ਸਟੂਡੈਂਟਸ ਦੀ ਉਲਝਣ ਨੂੰ ਦੂਰ ਕਰੋ ਕਿਉਂਕਿ ਪਹਿਲਾਂ ਇੱਕ ਵੀਡੀਓ ਵਿੱਚ ਤੁਸੀਂ ਜ਼ਰੂਰ ਇਹ ਗੱਲ ਕੀਤੀ ਸੀ ਕਿ ਇਨਟੇਕ ਜੋ ਹੈ ਲਗਾਤਾਰ ਫੁੱਲ ਹੁੰਦੇ ਜਾ ਰਹੇ ਨੇ ਰਸ਼ ਬਹੁਤ ਜ਼ਿਆਦਾ ਹੈ ਇਥੇ ਹੋਮ ਸਟੂਡੈਂਟਸ ਨੂੰ ਕਿਵੇਂ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ ਜੇਕਰ ਉਹ ਟਾਈਮਲੀ ਆਪਣਾ ਵੀਜ਼ਾ ਲੈਣਾ ਚਾਹੁੰਦੇ ਨੇ ਇਹ ਇੱਕ ਬੜਾ ਇੰਪੋਰਟੈਂਟ ਜਿਹੜਾ ਜਿੰਨੂੰ ਕਹਿਣਾ ਚਾਹੀਦਾ ਕੁਐਸਚਨ ਹੈ ਕਿ ਸਟੂਡੈਂਟ ਕਿਸ ਚੀਜ਼ ਦਾ ਖਿਆਲ ਰੱਖੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਪੜਾਈ ਤੇ ਫੋਕਸ ਰੱਖੋ ਪਰਸੈਂਟੇਜ ਵਧੀਆ ਲਿਆਓ ਹੁਣ ਪਰਸੈਂਟੇਜ ਇਹਨਾਂ ਦੀ ਵਧੀਆ ਆ ਗਈ ਜਾਂ ਜਿਹੜੇ ਗ੍ਰੈਜੂਏਟ ਹੈ ਕੰਮ ਕਰ ਰਹੇ ਆ ਜਿਨ੍ਹਾਂ ਦੇ ਕੋਲ ਸਾਰਾ ਕੁਝ ਗੈਪ ਜਸਟੀਫਿਕੇਸ਼ਨ ਹੈ ਸਭ ਕੁਝ ਹੈ ਆਪਣਾ ਕੋਰਸ ਵਧੀਆ ਚੁਣ ਕਰੋ ਠੀਕ ਹੈ ਕੋਰਸ ਵਧੀਆ ਹੁਣ ਜਿਨ੍ਹਾਂ ਦੇ ਹੱਥੋਂ ਨਿਕਲ ਗਏ ਆ ਤੇ ਫਿਰ ਤੁਸੀਂ ਸਟੇਟ ਵਧੀਆ ਚੋਣ ਕਰੋ ਜਿਹਦੇ ਵਿੱਚ ਤੁਹਾਨੂੰ ਸੈਟਲਮੈਂਟ 'ਚ ਕੋਈ ਪ੍ਰੋਬਲਮ ਨਾ ਹੋਵੇ ਲੇਕਿਨ ਜਿਹੜੇ ਬੱਚੇ ਪੜ ਰਹੇ ਆ ਪਲੱਸ 2 ਵਿੱਚ ਹੈ ਜਾਂ ਗ੍ਰੈਜੂਏਸ਼ਨ 'ਚ ਮੈਂ ਉਹਨਾਂ ਨੂੰ ਕਹੂੰਗੀ ਇਸ ਟਾਈਮ ਵੇਟਿੰਗ ਬਹੁਤ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਸੀਟਾਂ ਤੁਸੀਂ ਦੇਖ ਲਓ ਆਹ ਫੋਨ ਕਰੋ ਕਾਲਜੇਸ ਨੂੰ ਕੰਸਲਟੈਂਟਸ ਨੂੰ ਤੁਹਾਨੂੰ ਵਧੀਆ ਕੋਰਸ ਮਿਲਣਗੇ ਨਹੀਂ ਸਾਈਬਰ ਸਿਕਿਉਰਿਟੀ ਕਾਫੀ ਸਾਰੇ ਕਾਲਜੇਸ ਦੇ 24 ਸੈਪਟੰਬਰ ਤੱਕ ਦੇ ਭਰ ਗਏ ਓਕੇ ਹੂੰ ਠੀਕ ਹੈ ਤੁਸੀਂ ਜਿਹੜਾ ਹੁਣ ਆਪਣਾ ਜਿਸ ਟਾਈਮ ਪੜ ਰਹੇ ਹੋ ਆਪਣੇ ਆਇਲਸ ਕੰਪਲੀਟ ਕਰ ਲਓ ਕਿਉਂਕਿ ਐਗਜ਼ਾਮ ਦੇ ਬਾਅਦ ਜਦੋਂ ਤੁਸੀਂ ਆਇਲਸ ਕਰਨ ਲੱਗਦੇ ਹੋ ਦੋ ਤੋਂ ਤਿੰਨ ਮਹੀਨੇ ਤੁਸੀਂ ਉਹਨਾਂ ਦੇ ਵਿੱਚ ਖਰਾਬ ਕਰ ਦਿੰਦੇ ਹੋ ਕੋਸ਼ਿਸ਼ ਕਰੋ ਜਿਹੜਾ ਕਾਲਜ ਤੁਹਾਨੂੰ ਕੰਡੀਸ਼ਨਲ ਆਫਰ ਲੈਟਰ ਦੇ ਦਿੰਦਾ ਲੈ ਕੇ ਰੱਖ ਲਓ ਸੀਟ ਸਿਕਿਉਰ ਕਰੋ ਆਪਣੀ ਜਿਹੜਾ ਕਿ ਇਹ ਤੁਹਾਨੂੰ ਸਟਰਗਲ ਅੱਛੇ ਕੋਰਸ ਵਾਸਤੇ ਨਾ ਕਰਨਾ ਪਏ ਅੱਛਾ ਕਾਫੀ ਸਾਰੀਆਂ ਯੂਨੀਵਰਸਿਟੀਆਂ ਅੱਛੀ ਯੂਨੀਵਰਸਿਟੀਆਂ ਮੇਰੇ ਕੋਲ ਇੱਕ ਯੂਨੀਵਰਸਿਟੀ ਆ ਮਾਉਂਟ ਸੇਂਟ ਵਿنسੈਂਟ ਹੈ ਸ਼ਾਇਦ ਹੋਗਾ ਨਾਮ ਉਹਦੇ ਵਿੱਚ ਜੇ ਸਟੂਡੈਂਟ ਜਾਂਦਾ ਲੈਂਦਾ ਹੀ ਅੱچھے ਬੱਚੇ ਨੂੰ ਹੈ 60% ਤੋਂ ਘੱਟ ਕਿਸੇ ਸਬਜੈਕਟ ਕੱਲੇ-ਕੱਲੇ 'ਚ ਨਹੀਂ ਹੋਣਾ ਚਾਹੀਦਾ ਮੈਥ ਬਹੁਤ ਸਪੈਸੀਫਿਕ ਲੈਂਦੇ ਆ ਜੇ ਉੱਥੇ ਬੱਚਾ ਬੈਚਲਰ ਕਰਦਾ ਤੇ ਆਕਸਫੋਰਡ ਯੂਨੀਵਰਸਿਟੀ ਦੀ ਜਿਹੜੀ 100000 ਡਾਲਰ ਦੀ ਫੀਸ ਹੈ ਉਹ ਯੂਨੀਵਰਸਿਟੀ ਆਪ ਪੜਦੀ ਹੈ ਜਿਹੜੀ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਹੈ ਜਾਂ ਐਮਬੀਏ ਹੈ ਯੂਨੀਵਰਸਿਟੀ ਆਪ ਕਰਾਂਦੀ ਹੈ ਮਤਲਬ ਇੰਨੀ ਅੱਛੀ ਯੂਨੀਵਰਸਿਟੀਆਂ ਵੀ ਆ ਤਾਂ ਤੁਸੀਂ ਜਦ ਸਾਡੇ ਕੋਲ ਆਪਣੇ ਸਪੈਸੀਫਿਕ ਪਰਸੈਂਟੇਜ ਦੇ ਨਾਲ ਜਦ ਕੁਐਸਚਨ ਭੇਜ ਦਿਓ ਜਾਂ ਤੁਸੀਂ ਜਦ نیچے ਲਿਖਦੇ ਹੋ ਕਮੈਂਟਸ ਦੇ ਵਿੱਚ ਤੇ ਸਾਨੂੰ ਨੈਵੀਗੇਟਰ ਦੇ ਪੇਜ ਤੇ ਉੱਪਰ ਤੁਸੀਂ ਜਦ ਕਮੈਂਟ ਕਰਨਾ ਆਪਣੀ ਪਰਸੈਂਟੇਜ ਆਪਣੀ ਜਿਹੜੀ ਆਇਲਟਸ ਦਾ ਸਕੋਰ ਜਾਂ ਜਿਹੜੇ ਨੰਬਰ ਚੱਲ ਰਹੇ ਉਹਨਾਂ ਦੇ ਉੱਪਰ WhatsApp ਚੱਲਦਾ ਸਭ ਤੋਂ ਕੁਇਕ ਜਿਹੜਾ WhatsApp ਆਜ ਕੱਲ ਹੈ ਜਾਂ ਫੋਨ ਕਾਲ ਹੈ ਉਹਦੇ ਉੱਪਰ ਤੁਸੀਂ ਆਪਣੇ ਡਾਕੂਮੈਂਟਸ ਭੇਜੋ ਜਿਸ ਤੋਂ ਅਸੀਂ ਤੁਹਾਨੂੰ ਐਲੀਜੀਬਿਲਟੀ ਦੱਸ ਦਿੰਨੇ ਆ ਕਿਹੜੀ ਯੂਨੀਵਰਸਿਟੀ ਤੁਹਾਨੂੰ ਲੈ ਰਹੀ ਹੈ ਤੁਸੀਂ ਅੱਜ ਦੇਖੋ ਕਿ ਹਰ ਬੱਚਾ ਆਪਣਾ ਹੋਮਵਰਕ ਕਰਕੇ ਆਂਦਾ ਹੈ ਪਰ ਜਦ ਕੰਸਲਟੈਂਟ ਕੋਲ ਆ ਰਹੇ ਹੋ ਤੇ ਤੁਸੀਂ ਉਹਨਾਂ ਦਾ ਤਜਰਬਾ ਲੈ ਰਹੇ ਹੋ ਤੁਸੀਂ ਆਪ ਦਾ ਹੋਮਵਰਕ ਇੱਕ ਇੰਟਰਨੈਟ ਬੇਸ ਕੀਤਾ ਇੰਟਰਨੈਟ ਬੇਸ ਕਿੰਨੇ ਕੁ ਇਨਫੋਰਮੇਸ਼ਨ ਆਪਾਂ ਨੂੰ ਵਧੀਆ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਜਾਂ ਇਧਰੋਂ ਉਧਰੋਂ ਜਿਹੜੀ ਮਿਲ ਰਹੀ ਹੈ ਉਹ ਕਿੰਨੀ ਕੁ ਵਧੀਆ ਇਨਫੋਰਮੇਸ਼ਨ ਹੈ ਆਪਾਂ ਨੂੰ ਨਹੀਂ ਪਤਾ ਜਦ ਅੱਜ ਮੇਰਾ ਜਿਹੜਾ ਇੰਨਾ ਲੰਬਾ ਤਜ਼ੁਰਬਾ ਹੈ ਮੈਂ ਤੁਹਾਡੀ ਲਾਈਫ ਵਾਸਤੇ ਕੰਮ ਕਰ ਰਹੀ ਆ ਵੀ ਆਰ ਸ਼ੇਪਿੰਗ ਯੋਰ ਕੈਰੀਅਰ ਜਦ ਅਸੀਂ ਤੁਹਾਡਾ ਕੈਰੀਅਰ ਨੂੰ ਸ਼ੇਪ ਦੇ ਰਹੇ ਹਾਂ ਤੇ ਅਸੀਂ ਤੁਹਾਡਾ ਅੱਛੇ ਵਾਸਤੇ ਸ਼ੇਪ ਦੇ ਰਹੇ ਹਾਂ ਕਿ ਇੱਕ ਫਾਈਨਲ ਪ੍ਰੋਡਕਟ ਜਿਹੜਾ ਤੁਹਾਡਾ ਨਿਕਲੇ ਬਹੁਤ ਅੱਛਾ ਨਿਕਲੇ ਜਿਹਦੇ ਵਿੱਚ ਜੇ ਜੌਬ ਕਰਨਾ ਚਾਹੁੰਦੇ ਹੋ ਇੱਕ ਵਾਈਟ ਕਾਲਰ ਜੌਬ ਤੁਹਾਨੂੰ ਮਿਲੇ ਜਾਂ ਬਿਜ਼ਨਸ ਕਰੋ ਲਾਈਫ 'ਚ ਇੱਕ ਅੱਛੀ ਸੋਚ ਵਾਲਾ ਬਿਜ਼ਨਸ ਕਰੋ ਇਸ ਹਾਮਨ ਨਾਲ ਅਸੀਂ ਤੁਹਾਨੂੰ ਕੋਰਸਸ ਦਿੰਨੇ ਆ ਤੇ ਤੁਸੀਂ ਡਾਕੂਮੈਂਟਸ ਹਮੇਸ਼ਾ WhatsApp ਤੇ ਕਰੋ ਕਿਉਂਕਿ ਕਾਲ ਕਰਕੇ ਵੀ ਕਈ ਵਾਰੀ ਕਾਲ ਇੰਨੀ ਜ਼ਿਆਦਾ ਹੋ ਜਾਂਦੀ ਹੋ ਸਕਦਾ ਤੁਹਾਡੇ ਕੋਲ ਮਿਸ ਹੋ ਜਾਏ ਪਰ ਤੁਸੀਂ ਨੈਕਸਟ ਡੇ ਕਾਲ ਕਰ ਲਓ ਤੁਸੀਂ ਸਾਡੀ ਵੀ ਮਜਬੂਰੀ ਸਮਝੋ ਕਈ ਵਾਰੀ ਇਕਦਮ 35 40 ਕਾਲ ਆ ਜਾਂਦੀ ਹੈ ਸਾਡੇ ਤੋਂ ਨਹੀਂ ਸੰਭ ਜਾਂਦੀ ਜੈ ਬਾਈ ਚਾਂਸ ਉਸ ਟਾਈਮ ਤੁਹਾਡੇ ਕੋਲ ਨਾ ਆਏ ਕੋਈ ਰਿਸਪੌਂਸ ਤੁਸੀਂ ਨੈਕਸਟ ਡੇ ਕਰ ਲੋ ਲੇਕਿਨ ਜੇ ਤੁਸੀਂ ਫਾਲੋ ਅਪ ਕਰੋਗੇ ਤੁਹਾਡੇ ਇੱਕ ਜਿਹੜੇ ਮਾਹਿਰ ਸਲਾਹਕਾਰ ਹੈ ਉਹ ਤੁਹਾਡੇ ਕੈਰੀਅਰ ਨੂੰ ਸ਼ੇਪ ਦੇ ਰਿਹਾ ਨਾ ਕਿ ਤੁਸੀਂ ਹਨਾ ਆਲੇ ਦੁਆਲੇ ਜਾ ਕੇ ਚਲੇ ਜਾਓ ਜਿਹੜੇ ਕਿ ਸੜਕ ਛਾਪ ਏਜੰਟ ਬੈਠੇ ਕੱਲ ਨੂੰ ਤੁਹਾਡੇ ਕੈਰੀਅਰ ਤੋਂ ਜਿਹੜਾ ਪੈਸਾ ਲਾ ਰਹੇ ਉਹ ਵੀ ਖਰਾਬ ਹੈ ਔਰ ਫਿਰ ਕੈਰੀਅਰ ਵੀ ਖਰਾਬ ਹੈ ਫਿਰ ਬੱਚੇ ਨੂੰ ਫਰਸਟ੍ਰੇਸ਼ਨ ਹੈ ਕਿ ਮੈਂ ਇੰਨਾ ਪੈਸਾ ਲਗਾ ਕੇ ਘਰੋਂ ਬਾਹਰ ਆਇਆ ਪਰ ਮੈਨੂੰ ਉਹਦੇ ਰਿਜ਼ਲਟ ਨਹੀਂ ਮਿਲੇ ਯੂ ਵਾਂਟ ਯਰ ਰਿਜ਼ਲਟਸ ਯੂ ਵਾਂਟ ਯਰ ਅਲਟੀਮੇਟ ਰਿਜ਼ਲਟਸ ਦੈਨ ਤੁਸੀਂ ਸਾਡੇ ਕੋਲ ਆਓ ਕੰਸਲਟੈਂਸੀ ਪ੍ਰੋਪਰ ਲੋ ਅੱਜਕੱਲ੍ਹ ਆਨ ਦੇ ਵੀ ਲੋਡ ਨਹੀਂ ਆ ਸਾਡੀ ਟੈਕ ਪਲੈਟਫਾਰਮ ਹੈ ਤੁਸੀਂ ਜ਼ੂਮ ਮੀਟਿੰਗ ਤੋਂ ਸਾਡੇ ਨਾਲ ਹਾਫ ਐਨ ਆਰ ਦੀ ਕੰਸਲਟੇਸ਼ਨ ਫ੍ਰੀ ਲੈ ਸਕਦੇ ਵੀ ਆਰ ਨਾਟ ਚਾਰਜਿੰਗ ਐਨੀਥਿੰਗ ਫ্রম ਯੂ ਜੀ ਜੀ ਬਟ ਤੁਹਾਡਾ ਜਿਹੜਾ ਵੀਜ਼ਾ ਲੱਗੇ ਤੁਹਾਨੂੰ ਖਾਲੀ ਵੀਜ਼ੇ ਤੋਂ ਮਤਲਬ ਨਹੀਂ ਵੀਜ਼ਾ ਦੇਣ ਵਾਸਤੇ ਐਮਬੈਸੀ ਬੈਠੀ ਹੈ ਤੋਂ ਦਾ ਕੋਰਸ ਅੱਛਾ ਹੋਏ ਜਿਹੜੇ ਕੋਰਸ ਨੂੰ ਲੈ ਕੇ ਤੁਸੀਂ ਅੱਗੇ ਆਪਣੇ ਲਾਈਫ ਦੀ ਸੈਟਲਮੈਂਟ ਕਰ ਸਕੋ ਜੀ ਬਿਲਕੁਲ ਸੋ ਅੱਜ ਦੇ ਸਮੇਂ ਦੇ ਵਿੱਚ ਸਹੀ ਟਾਈਮ ਤੇ ਡਿਸੀਜਨ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਵਾਂਗੇ ਸਾਨੂੰ ਉਹਨੇ ਵਿੱਚ ਦੇਰੀ ਹੋ ਜਾਏਗੀ ਜਿਵੇਂ ਮੈਮ ਨੇ ਕਿਹਾ ਤੁਸੀਂ ਜ਼ੂਮ ਮੀਟਿੰਗਸ ਦੇ ذریعے ਵੀ ਪੂਰੀ ਗਾਈਡੈਂਸ ਸਹੀ ਟੰਗ ਨਾਲ ਫੇਸ ਟੂ ਫੇਸ ਜ਼ਰੂਰ ਲੈ ਸਕਦੇ ਹੋ ਸੋ ਅ ਅੱਜਕੱਲ ਇਸ ਨਵੀਂ ਟੈਕਨੀਕ ਦਾ ਜਿਵੇਂ ਜਿਵੇਂ ਟਾਈਮ ਚੇਂਜ ਹੋ ਰਿਹਾ ਹੈ ਨਵੀਂ ਨਵੀਂ ਟੈਕਨੀਕਸ ਆ ਰਹੀਆਂ ਉਹਨਾਂ ਦਾ ਫਾਇਦਾ ਜ਼ਰੂਰ ਸਟੂਡੈਂਟਸ ਨੂੰ ਲੈਣਾ ਚਾਹੀਦਾ ਤਾਂ ਕਿ ਤੁਸੀਂ ਆਪਣਾ ਜ਼ਿੰਦਗੀ ਲਈ ਜਿਹੜਾ ਡਿਸੀਜਨ ਲੈਣਾ ਹੈ ਉਸ ਵਿੱਚ ਡਿਲੇ ਨਾ ਹੋ ਜਾਏ ਤੇ ਕੈਨੇਡਾ ਨੂੰ ਲੈ ਕੇ ਜਿਵੇਂ ਮੈਮ ਨੇ ਗੱਲ ਕੀਤੀ ਹੈ ਜੇ ਲਗਾਤਾਰ ਜੋ ਹੈ ਇਨਟੇਕਸ ਫੁੱਲ ਹੁੰਦੇ ਜਾ ਰਹੇ ਨੇ ਸੋ ਸੋਚਣਾ ਹੈ ਤਾਂ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ ਸੋਚ ਕੇ ਅੱਗੇ ਵਧੋ ਟਾਈਮ ਵੇਸ ਨਾ ਕਰੋ ਸਹੀ ਆਪਸ਼ਨਸ ਨੂੰ ਚੂਜ਼ ਕਰੋ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਇਹ ਇਨਫੋਰਮੇਸ਼ਨ ਅੱਜ ਜੋ ਹੈ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਕਾਫੀ ਉਹਨਾਂ ਨੂੰ ਇਸ ਨਾਲ ਬੈਨੀਫਿਟ ਮਿਲਣ ਵਾਲਾ ਹੈ ਜਿਹੜੇ ਸਟੂਡੈਂਟਸ ਹਲੇ ਸਿਰ ਸੋਚ ਰਹੇ ਸੀ ਕਿ ਅਸੀਂ ਅਪਲਾਈ ਕਰਨਾ ਹੈ ਪੇਰੈਂਟਸ ਵੀ ਜਿਹੜੇ ਸਿਰ ਸੋਚ ਰਹੇ ਸੀ ਕਿ ਹਲੇ ਅਸੀਂ ਦੋ ਤਿੰਨ ਆਪਸ਼ਨਸ ਦੇਖਦੇ ਆਂ ਫਿਰ ਅਸੀਂ ਜਾਵਾਂਗੇ ਅੱਗੇ ਵਧਾਂਗੇ ਸੋ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਅਸੈਸਮੈਂਟ ਕਰਵਾਓ ਮੈਮ ਨੂੰ ਮਿਲ ਕੇ ਸਹੀ ਗਾਈਡੈਂਸ ਆ ਮੈਮ ਦਾ ਮੈਮ ਤੋਂ ਫਾਇਦਾ ਲਓ 26 ਸਾਈ ਸਾਲਾਂ ਦਾ ਜਿਹੜਾ ਤਜਰਬਾ ਹੈ ਉਸ ਦਾ ਫਾਇਦਾ ਤੁਸੀਂ ਜ਼ਰੂਰ ਲਵੋ ਤੇ ਸਕਰੀਨ ਤੇ ਨੰਬਰ ਡਿਸਪਲੇ ਹੈ ਇਸ ਪਰ ਕਾਲ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਜ਼ਰੂਰ ਸਾ ਅਸੀਂ ਤੇ ਇਸ ਨਾਲ ਹੀ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ ਕਿ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ